एक अजिही खबर जिस दे विच 20 साल दे नौजवान नूं बाहर जाण दी विदेश जाण दी इन्नी ज़्यादा खुशी हुई कि उह इस खुशी नूं बर्दाश्त ही नहीं कर पाया। खुशी दे विच हंजू निकलदे तां सुणे सी, पर डॉक्टरां दे वल्लों दस्या गया कि खुशी दे नाल इंसान दी जान भी जा सकती है। हालांकि इस दे मामले करीब 100 दे विचों 1% हुंदे ने, पर फिर भी लहरा गागा दे 20 साला रणजोत सिंह दे नाल कुछ अजिहा ही वापरिया। 20 साल का ही नौजवान जिसने कि बीते दिन ही अपने सारे जिहड़े टैस्ट सीगे उह क्लीयर कर ले सन, ते 24 दिसंबर नूं उसकी फ्लाइट सी, उसने विदेश जाना सी, अमरीका जाण दीआं तैयारियां दे विच सी। पर इस दौरान जदों उह अपने दोस्तां मित्रां नूं परिवारिक मैंबरां नूं पार्टियां दिंदा होया घूम रहा सी अते नाल ही पटियाला विखे शॉपिंग करन गया, तां उत्थे उसनूं अटैक आउंदा है। इस अटैक आउण तों बाद उसनूं हस्पताल लिजांदा गया अते डॉक्टरां ने उसनूं मृतक करार दे दित्ता। ਉਹ ਮੁੰਡਾ ਜਿਸਨੇ ਕਿ ਆਪਣਾ ਸਾਰਾ ਟੈਸਟ ਕਲੀਅਰ ਕਰ ਲਿਆ ਸੀ, ਉਹ ਮੁੰਡਾ ਜਿਸਨੇ ਕਿ ਵਿਦੇਸ਼ ਜਾਣ ਦੇ ਲਈ ਵੀਜ਼ਾ ਤੱਕ ਹਾਸਿਲ ਕਰ ਲਿਆ ਸੀ, ਅਮਰੀਕਾ ਦੇ ਵਿੱਚ ਸਟੱਡੀ ਵੀਜ਼ਾ 'ਤੇ ਇਸਨੇ ਜਾਣਾ ਸੀ। 20 ਸਾਲ ਦੀ ਉਮਰ ਹੈ ਮੁੰਡੇ ਦੀ ਅਤੇ ਸਭ ਕੁਝ ਕਰਨ ਤੋਂ ਬਾਅਦ ਉਹ ਖੁਸ਼ੀ ਹੀ ਨਹੀਂ ਸਾਂਭ ਸਕਿਆ ਕਿ ਕਿੰਝ ਉਸਨੂੰ ਬਾਹਰ ਜਾਣ ਦਾ ਮੌਕਾ ਮਿਲ ਰਿਹਾ। ਲਹਿਰਾ ਗਾਗਾ ਦੇ ਪਾਟੀਆਂ ਵਾਲੀ ਪਿੰਡ ਦਾ ਇਹ ਮੁੰਡਾ ਰਹਿਣ ਵਾਲਾ ਸੀ, ਉੱਥੇ ਹੀ ਇਸਦਾ ਸੰਸਕਾਰ ਕੀਤਾ ਜਾਣਾ। ਪਰ ਜਿਸ ਸਮੇਂ ਇਸਨੂੰ ਦੌਰਾ ਪੈਂਦਾ ਹੈ, ਇਹ ਪਟਿਆਲੇ ਵਿਖੇ ਸ਼ੋਪਿੰਗ ਕਰ ਰਿਹਾ ਹੁੰਦਾ ਅਤੇ ਨਾਲ ਹੀ ਦੋਸਤਾਂ ਨੂੰ ਪਾਰਟੀ ਦੇ ਰਿਹਾ ਸੀ। ਉਸ ਤੋਂ ਬਾਅਦ ਇਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦਾ ਕਹਿਣਾ ਸੀ ਕਿ ਜ਼ਿਆਦਾ ਖੁਸ਼ੀ ਕਾਰਨ ਹੀ ਇਸਦੀ ਜਾਨ ਚਲੀ ਗਈ ਹੈ। ਛੋਟਾ ਬੇਟਾ ਸੀ मेरा, पिंड रसंगर पाटियां वाली है, तहसील सुनाम जिला संगरूर च। बच्चों मैं संगरूर रह के GGS स्कूल जनरल गुरनाम सिंह स्कूल च पढ़ाया। मेरे बच्चे दोनों ही बहुत होशियार सी। बड़ी बेटी पहला कनेडा च है, इन्हें अमेरिका की इंटरव्यू 9 तरीक नूं क्लीयर की, जीजा जी गए थे। बस उदों तो ही खुशियां दे विच बहुत ज़्यादा सीगा, ओवर एक्साइटमेंट ने ही इहदी जान लै ली। ਉੱਥੋਂ ਇਹਦਾ ਵੀਜ਼ਾ ਅਪਰੂਵ ਹੋ ਗਿਆ ਸੀਗਾ। ਜਿਸ ਦਿਨ 15 ਤਰੀਕ ਨੂੰ ਚੰਡੀਗੜ੍ਹ ਤੋਂ ਕੰਸਲਟੈਂਟ ਤੋਂ ਉਹਦਾ ਵੀਜ਼ਾ ਅਤੇ ਪਾਸਪੋਰਟ ਕਲੈਕਟ ਕਰਨਾ ਸੀਗਾ, ਅਤੇ ਟਿਕਟ ਅਸੀਂ ਰਾਖਵੀਂ 24 ਤਰੀਕ ਦੀ ਕਰ ਰੱਖੀ ਸੀ ਵੀ ਉਹ ਜਦੋਂ ਕਲੈਕਟ ਕਰਨ ਤੋਂ ਬਾਅਦ ਉਹਨਾਂ ਨੂੰ ਤੁਹਾਨੂੰ ਦੱਸ ਦਾਂਗੇ, ਉਹਨਾਂ ਨੇ ਰਿਜ਼ਰਵ ਕਰ ਦਿੱਤੀ ਸੀਗੀ। ਅਤੇ ਬਾਕੀ ਫਿਰ ਜੋ ਖੁਸ਼ੀਆਂ ਨੂੰ ਗ੍ਰਹਿਣ ਲੱਗੇ ਆ ਉਹ ਕਿਵੇਂ ਸੀ? ਪੜ੍ਹਾਈ ਦੇ ਵਿੱਚ ਕਿਵੇਂ? ਬਹੁਤ ਬਹੁਤ ਜ਼ਿਆਦਾ ਹੁਸ਼ਿਆਰ, ਇੰਟੈਲੀਜੈਂਟ। ਇਕੱਲਾ ਪੜ੍ਹਾਈ ਦੇ ਵਿੱਚ ਨਹੀਂ, ਹੋਰ ਐਕਟੀਵਿਟੀਜ਼ ਦੇ ਵਿੱਚ ਵੀ, ਖੇਡਾਂ ਖੁੱਡਾਂ 'ਚ ਤਾਂ ਨਹੀਂ ਉਹ ਜ਼ਿਆਦਾ ਹਿੱਸਾ ਲੈਂਦਾ ਸੀ, ਪਰ ਕੰਪਿਊਟਰ ਦਾ ਮਾਸਟਰ ਸੀ। ਕੰਪਿਊਟਰ ਦਾ ਮਾਸਟਰ ਹੋਣ ਕਰਕੇ ਦੋਸਤਾਂ ਦੇ ਸਰਕਲ ਦਾ ਘੇਰਾ ਉਹਦਾ ਇੰਨਾ ਵਿਸ਼ਾਲ ਸੀ, ਐਡਾ ਬਸ ਕਿਹਾ ਨਹੀਂ ਜਾ ਸਕਦਾ। ਹਰ ਗਲੀ ਉਹਦਾ ਦੋਸਤ ਸੀ, ਪਟਿਆਲਾ, ਲਹਿਰਾ, ਸੰਗਰੂਰ, ਸੁਨਾਮ, ਚੰਡੀਗੜ੍ਹ, ਜਿੱਥੇ ਵੀ। ਪੜ੍ਹਾਈ ਉਹਨੇ ਕਿੱਥੇ ਕਰੀ ਹੈ ਜੀ? ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸਕੂਲ ਦੇ ਵਿੱਚ ਦਸਵੀਂ ਕੀਤੀ, 12ਵੀਂ ਲਈ 2 ਸਾਲ ਉਹ ਕਿਹੜਾ ਵੈਲੀ ਪਬਲਿਕ ਸਕੂਲ ਕੀ ਹੈ ਉਹ ਬਸੰਤ ਵੈਲੀ ਪਬਲਿਕ ਸਕੂਲ 'ਚ ਚਲਾ ਗਿਆ ਸੀ। ਅਤੇ ਪਹਿਲਾਂ ਉਹ 3ਰੀ ਕਲਾਸ ਤੱਕ ਆਪਣਾ DAV ਸਕੂਲ ਸੁਨਾਮ ਦੇ ਵਿੱਚ ਪੜ੍ਹਾਈ ਕੀਤੀ। ਹੁਣ ਚੰਡੀਗੜ੍ਹ ਟ੍ਰੇਨਿੰਗ, ਉਹਨੇ 2 ਮਹੀਨੇ ਦੀ ਲਈ ਸੀ ਕੋਰਸ, ਇਹਦੀ ਇੰਟਰਵਿਊ ਦੀ ਤਿਆਰੀ ਲਈ। ਇੰਟਰਵਿਊ ਬਹੁਤ ਟਫ ਹੁੰਦੀ ਹੈ, ਬਹੁਤ ਘੱਟ ਲੋਕ ਉਹਨੂੰ ਪਾਸ ਕਰਦੇ ਨੇ। ਇਹ ਪਹਿਲੇ ਝਟਕੇ 'ਚ ਹੀ ਬਹੁਤ ਖੁਸ਼ੀ ਨਾਲ ਪਾਸ ਕਰ ਗਿਆ ਸੀਗਾ, ਅਤੇ ਇਹਨੇ 10 ਵਜੇ ਨੂੰ ਸਾਨੂੰ ਖਬਰ ਦੇ ਦਿੱਤੀ ਸੀ ਵੀ ਮੈਂ ਪਾਸ ਹੋ ਗਿਆ। ਸਰ, ਡਾਕਟਰਾਂ ਨਾਲ ਕੋਈ ਗੱਲਬਾਤ ਹੋਈ? ਡਾਕਟਰਾਂ ਨੇ ਕਾਰਨ ਕੀ ਦੱਸਿਆ ਹੈਗਾ ਜੀ? ਡਾਕਟਰਾਂ ਦਾ ਕਹਿਣਾ ਵੀ 2 ਲੱਖ 2.5 ਲੱਖ ਦੇ ਵਿੱਚ ਇੱਕ ਇਹੋ ਜਿਹਾ ਕੇਸ ਹੁੰਦਾ ਵੀ ਓਵਰ ਐਕਸਾਈਟਮੈਂਟ ਦੇ ਨਾਲ ਵੀ ਹਾਰਟ ਅਟੈਕ। ਐਕਸਾਈਟਮੈਂਟ ਦਾ ਵਿੱਚ ਉਹਦੇ ਵਿੱਚ ਇੰਨੀ ਜ਼ਿਆਦਾ ਸੀ ਕਿ ਬਸ ਉਹ ਨੱਚਦਾ ਹੀ ਫਿਰਦਾ ਸੀ, ਮੰਮੀ ਮੈਂ ਇਹ ਕਰ ਦੇਣਾ, ਡੈਡੀ ਮੈਂ ਇਹ ਕਰ ਦੇਣਾ, ਮੰਮੀ ਤੁਸੀਂ ਇਹ ਤਿਆਰ ਕਰੋ। ਦੋਸਤਾਂ ਨਾਲ ਵੀ ਜਿਹੜੀ ਲਾਸਟ ਗੱਲਬਾਤ ਹੋਈ, ਉਹਨੇ ਆਪਣੇ ਦੋਸਤ ਨੂੰ ਇਹੋ ਕਿਹਾ ਵੀ ਤੂੰ ਯਾਰ ਹੁਣ ਵਰਨਾ ਪੁਰਨਾ ਛੱਡ, ਤੂੰ ਥਾਰ ਜਾਂ ਇੱਕ ਵੱਡੀ ਗੱਡੀ ਕਿਹੜੀ ਹੁੰਦੀ ਆ ਦਾ ਨਾਂ, ਸਕੋਰਪੀਓ, ਥਾਰ ਜਾਂ ਸਕੋਰਪੀਓ ਲੈ, ਕਿਸ਼ਤਾਂ ਤੇਰਾ ਵੀਰ ਭਰੂਗਾ, ਪੈਸੇ ਦੀ ਫਿਕਰ ਨਾ ਕਰਿਓ, ਮੈਂ ਕਮਾਈ ਹੀ ਕਰਨੀਆਂ ਨੇ, ਹੋਰ ਕੁਛ ਨਹੀਂ ਕਰਨਾ। ਮੇਰਾ ਭਾਣਜਾ ਸੀ ਰਣਜੋਤ ਸਿੰਘ, ਉਹ ਬੰਬੇ ਗਿਆ ਸੀ ਇੰਟਰਵਿਊ ਦੇਣ, ਇੰਟਰਵਿਊ ਦੇ ਵਿੱਚ ਉਹ ਪਾਸ ਹੋ ਗਿਆ ਸੀ, ਉਹ ਨਾਲੇ ਉਹਨੂੰ ਵੀਜ਼ੇ ਦਾ ਉਹ ਹੋ ਗਿਆ ਸੀ। ਉਦੋਂ ਬਾਅਦ ਸਾਡੇ ਲਵੇ ਆ ਗਿਆ, ਉਹ ਬੜੀ ਖੁਸ਼ੀ ਸੀ, ਮੈਨੂੰ ਬਰਫੀ ਦਾ ਡੱਬਾ ਲਿਆ ਕੇ ਖੁਸ਼ੀ ਖੁਸ਼ੀ ਰਹਿਣ, ਪੂਰਾ ਪਟਿਆਲੇ ਗਿਆ। ਪਟਿਆਲੇ ਜਾਣ ਸਾਰ ਬਸ ਉਹਨੂੰ ਕੋਈ ਇਹੋ ਜਿਹਾ ਅਟੈਕ ਆਇਆ, ਬਸ ਪਤਾ ਹੀ ਨਹੀਂ ਲੱਗਿਆ। ਡਾਕਟਰਾਂ ਲਵੇ ਗਿਆ, ਉਹ ਕਹਿੰਦੇ ਜੀ ਇਹ ਇੰਨੇ ਬੰਦਿਆਂ 'ਚੋਂ ਇੰਨਿਆਂ ਨੂੰ ਆ ਜਾਂਦਾ ਅਟੈਕ,
ਬਸ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਬਣਿਆ। ਬਹੁਤ ਬੱਚਾ ਹੁਸ਼ਿਆਰ ਸੀ ਜੀ, ਸਾਡਾ ਤਾਂ ਘਰ ਪੱਟਿਆ ਗਿਆ। ਉਹ ਵੀਜ਼ਾ ਬਸ ਚੰਡੀਗੜ੍ਹੋਂ ਲੈਣ ਜਾਣਾ ਸੀ, ਬਾਕੀ ਸਾਰਾ ਕੁਛ ਆ ਗਿਆ ਜੀ। ਮੈਡਮ ਦਾ ਉੱਥੋਂ ਵੀ ਫੋਨ ਆ ਗਿਆ ਸੀ ਸਾਡੇ ਕੋਲ ਵੀ ਵੀਜ਼ਾ ਆ ਗਿਆ, ਲੈ ਜਾਓ। 14 ਨੂੰ ਸਾਡੇ ਲਵੇ ਮੈਸੇਜ ਵੀ ਆ ਜਾਂਦੇ। ਕਿਹੜੇ ਵੀਜ਼ੇ ਤੋਂ ਜਾਣਾ? ਸਟੱਡੀ ਵੀਜ਼ੇ 'ਤੇ ਜਾਣਾ ਜੀ। ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ ਸਾਡਾ ਬੱਚਾ, ਬਹੁਤ ਲਾਇਕ ਸੀ। ਘਰ ਦੇ ਵਿੱਚੋਂ ਹੋਣਹਾਰ ਨੌਜਵਾਨ ਬੱਚੇ ਦਾ ਚਲਾ ਜਾਣਾ ਕਿੰਨਾ ਜ਼ਿਆਦਾ ਦੁਖਦਾਈ ਹੈ, ਉਹ ਤੁਸੀਂ ਦੇਖ ਹੀ ਲਿਆ। ਉਹ ਵੀ ਉਸ ਸਮੇਂ ਜਦੋਂ ਘਰ ਦੇ ਦੋਵੇਂ ਹੀ ਬੱਚੇ ਲਾਇਕ ਵੀ ਨੇ, ਅਤੇ ਕੁੜੀ ਜੋ ਕਿ ਵੱਡੀ ਸੀ ਉਹ ਉਸ ਸਮੇਂ ਕੈਨੇਡਾ ਦੇ ਵਿੱਚ ਹੈ, ਅਤੇ ਇੱਧਰ ਮਾਪੇ ਇਕੱਲੇ ਹੀ ਆਪਣੇ ਜਵਾਨ ਪੁੱਤ ਦੇ ਨਾਲ ਇਸ ਗੱਲ ਦੀ ਖੁਸ਼ੀ ਮਨਾ ਰਹੇ ਸੀ ਕਿ ਇਸਨੇ ਵੀ ਕੁਛ ਦਿਨਾਂ ਨੂੰ ਅਮਰੀਕਾ ਚਲਾ ਜਾਣਾ, ਅਤੇ ਪੂਰੇ ਟੱਬਰ ਨੂੰ ਉਹ ਹੌਲੀ ਹੌਲੀ ਉੱਥੇ ਲੈ ਕੇ ਹੀ ਚਲਾ ਜਾਵੇਗਾ। ਇੰਨਾ ਹੁਸ਼ਿਆਰ ਮੁੰਡਾ ਜੋ ਕਿ ਬਚਪਨ ਤੋਂ ਹੀ ਸਕੂਲਾਂ ਦੇ ਵਿੱਚ ਆਪਣੇ ਦੋਸਤਾਂ ਦੇ ਵਿੱਚ ਹਰਮਨ ਪਿਆਰਾ ਸੀ, ਕਿਉਂ ਜੋ ਉਸਨੂੰ ਹਰੇਕ ਚੀਜ਼ ਦੀ ਜਾਣਕਾਰੀ ਵੀ ਸੀ, ਅਤੇ ਹਰੇਕ ਚੀਜ਼ ਦੇ ਵਿੱਚ ਉਹ ਅੱਵਲ ਵੀ ਸੀ। ਅਮਰੀਕਾ ਦਾ ਵੀਜ਼ਾ ਹਾਸਲ ਕਰਨ ਤੋਂ ਬਾਅਦ ਇਸ ਨੌਜਵਾਨ ਬੱਚੇ ਦੇ ਜਾਣ ਦਾ ਦੁੱਖ ਪੂਰੇ ਪਿੰਡ ਨੂੰ ਹੈ। ਲਹਿਰਾ ਗਾਗਾ ਦੇ ਪਿੰਡ ਪਾਟੀਆਂ ਵਾਲੀ ਦਾ ਇਹ ਸਾਰਾ ਮਾਮਲਾ ਸੀ, ਜਿੱਥੇ 20 ਸਾਲ ਦਾ ਨੌਜਵਾਨ ਰਣਜੋਤ ਸਿੰਘ ਖੁਸ਼ੀ ਦੇ ਕਾਰਨ ਅਜਿਹਾ ਦੌਰਾ ਪਿਆ ਉਸਨੂੰ ਕਿ ਦੁਖਦਾਈ ਸਮਾਚਾਰ ਹੀ ਘਰ ਪਹੁੰਚਿਆ। ਇਹ ਦੁਖਦ ਘਟਨਾ ਸਾਹਮਣੇ ਆਉਣ ਤੋਂ ਬਾਅਦ ਲਹਿਰਾ ਗਾਗਾ ਅਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ। ਦੱਸ ਦਈਏ ਕਿ ਕਈ ਦਿਨ ਪਹਿਲਾਂ ਅਮਰੀਕਾ ਦੇ ਸਟੱਡੀ ਵੀਜ਼ਾ ਦੇ ਲਈ ਰਣਜੋਤ ਸਿੰਘ ਦੀ ਇੱਕ ਇੰਟਰਵਿਊ ਸੀ, ਜਿਸ ਦੇ ਵਿੱਚ ਉਹ ਪਾਸ ਹੋ ਗਿਆ ਸੀ। ਸਟੱਡੀ ਵੀਜ਼ਾ ਆਉਣ ਤੋਂ ਬਾਅਦ ਪੂਰੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ, ਅਤੇ 24 ਦਸੰਬਰ ਨੂੰ ਰਣਜੋਤ ਸਿੰਘ ਦੀ ਫਲਾਈਟ ਦਾ ਸਮਾਂ ਸੀ। ਇਸ ਸੰਬੰਧੀ ਉਹ ਜਿੱਥੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਰਿਹਾ ਸੀ, ਤਾਂ ਉੱਥੇ ਹੀ ਪਟਿਆਲਾ ਵਿਖੇ ਸ਼ੋਪਿੰਗ ਵੀ ਕਰ ਰਿਹਾ ਸੀ ਕਿ ਉਹ ਕੁਝ ਚੀਜ਼ਾਂ ਨੂੰ ਆਪਣੇ ਨਾਲ ਲੈ ਕੇ ਜਾਵੇਗਾ। ਉਸਦੀ ਜਾਣ ਜਾਣ ਦੀ ਦੁਖਦਾਈ ਖਬਰ ਜਦੋਂ ਘਰਦਿਆਂ ਦੇ ਕੋਲ ਪਹੁੰਚੀ, ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਉਹਨਾਂ ਦੇ ਨਾਲ ਕੀ ਵਾਪਰ ਗਿਆ। ਇਸ ਤੋਂ ਬਾਅਦ ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਦੱਸਿਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਅਤੇ ਇਸ ਦੇ ਪਿੱਛੇ ਦਾ ਕਾਰਨ ਉਸਦਾ ਜ਼ਿਆਦਾ ਖੁਸ਼ ਹੋਣਾ ਸੀ। ਜ਼ਿਆਦਾ ਖੁਸ਼ੀ ਬਰਦਾਸ਼ਤ ਨਾ ਕਰਨ ਕਰਕੇ ਹੀ ਉਸਨੂੰ ਇਹ ਅਟੈਕ ਆਇਆ, ਦੌਰਾ ਪਿਆ, ਜੋ ਕਿ ਹਜ਼ਾਰਾਂ ਦੇ ਵਿੱਚੋਂ ਕੁਝ 1% ਲੋਕਾਂ ਨੂੰ ਹੀ ਆਉਂਦਾ ਹੈ। ਰਣਜੋਤ ਸਿੰਘ ਦਾ ਪਰਿਵਾਰ ਕਾਫੀ ਸਮੇਂ ਤੋਂ ਲਹਿਰਾ ਗਾਗਾ ਵਾਰਡ ਨੰਬਰ 13 ਵਿਖੇ ਰਹਿ ਰਿਹਾ ਹੈ, ਪਰ ਉਸਦਾ ਸੰਸਕਾਰ ਪਿੰਡ ਪਾਟੀਆਂ ਵਾਲੀ ਵਿਖੇ ਕੀਤਾ ਜਾਣਾ ਹੈ। ਰਣਜੋਤ ਸਿੰਘ ਦੇ ਵਿਦੇਸ਼ ਜਾਣ ਸੰਬੰਧੀ ਖੁਸ਼ੀਆਂ ਗਮ ਦੇ ਵਿੱਚ ਬਦਲ ਚੁੱਕੀਆਂ ਨੇ, ਅਤੇ ਨਾਲ ਹੀ ਪਰਿਵਾਰ ਅਤੇ ਰਿਸ਼ਤੇਦਾਰ ਇਸ ਡੂੰਘੇ ਸਦਮੇ ਦੇ ਵਿੱਚ ਨੇ ਕਿ ਕਿੰਝ ਉਸ ਬੱਚੇ ਦੇ ਨਾਲ ਅਣਹੋਣੀ ਵਾਪਰੀ ਹੈ।